ਏਅਰਪੋਰਟ ਤੇ ਸਿਗਰਟਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਕਸਟਮ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਮੌਕੇ ਤੋਂ ਫੜੀਆਂ ਗਈਆਂ ਸਿਗਰਟਾਂ 24,800 ਇਹਨਾਂ ਦੀ ਗਿਣਤੀ ਹੈ ਔਰ ਕੁੱਲ ਕੀਮਤ ਇਹਨਾਂ ਦੀ 4,21,600 ਰੁਪਏ ਹੈ ਔਰ ਦੁਬਈ ਤੋਂ ਯਾਤਰੀ ਆਇਆ ਸੀ ਜੋ ਆਪਣੇ ਨਾਲ ਇਹ ਸਿਗਰਟਾਂ ਦਾ ਜ਼ਖੀਰਾ ਲੈ ਕੇ ਆਇਆ। ਕਸਟਮ ਵਿਭਾਗ ਨੂੰ ਸ਼ੱਕ ਹੋਇਆ ਜਦੋਂ ਉਹਨਾਂ ਨੇ ਤਲਾਸ਼ੀ ਲਈ ਤਾਂ ਇਹ ਸਿਗਰਟਾਂ ਨੇ ਜਿਹੜੀਆਂ ਬਰਾਮਦ ਹੋਈਆਂ ਨੇ। ਏਅਰਪੋਰਟ ਤੇ ਇਹ ਸਿਗਰਟਾਂ ਦਾ ਜ਼ਖੀਰਾ ਜਿਹੜਾ ਕਸਟਮ ਵਿਭਾਗ ਦੇ ਵੱਲੋਂ ਫੜਿਆ ਗਿਆ। ਤਸਵੀਰਾਂ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਦੀਆਂ ਨੇ। ਦੁਬਈ ਤੋਂ ਇਹ ਯਾਤਰੀ ਆ ਰਿਹਾ ਸੀ ਜਿਸ ਤੇ ਸ਼ੱਕ ਹੋਇਆ ਤਾਂ ਵਿਭਾਗ ਦੇ ਵੱਲੋਂ ਤਲਾਸ਼ੀ ਲਈ ਗਈ। ਤਲਾਸ਼ੀ ਉਪਰੰਤ 24,800 ਸਿਗਰਟਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਦੀ ਕੀਮਤ 4,21,600 ਰੁਪਏ ਹੈ। ਲਿਹਾਜ਼ਾ ਹੁਣ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਜ਼ਖੀਰਾ ਕਿੱਥੋਂ ਲੈ ਕੇ ਆਇਆ ਸੀ ਤੇ ਸਿਗਰਟਾਂ ਇਸ ਨੇ ਕਿੱਥੇ ਸਪਲਾਈ ਕਰਨੀਆਂ ਸੀ। ਤਾਂ ਬੜੇ ਹੀ ਗੁਪਤ ਢੰਗ ਦੇ ਨਾਲ ਇਹ ਸਿਗਰਟਾਂ ਲੈ ਕੇ ਆ ਰਿਹਾ ਸੀ, ਦੁਬਈ ਤੋਂ ਫਲੈਟ ਉਤਰਿਆ ਸੀ ਤਾਂ ਏਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇਸ ਨੂੰ ਦਬੋਚ ਲਿਆ। ਏਅਰਪੋਰਟ ਤੇ ਸਿਗਰਟਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਕਸਟਮ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਮੌਕੇ ਤੋਂ ਫੜੀਆਂ ਗਈਆਂ ਸਿਗਰਟਾਂ 24,800 ਇਹਨਾਂ ਦੀ ਗਿਣਤੀ ਹੈ ਔਰ ਕੁੱਲ ਕੀਮਤ ਇਹਨਾਂ ਦੀ 4,21,600 ਰੁਪਏ ਹੈ ਔਰ ਦੁਬਈ ਤੋਂ ਯਾਤਰੀ ਆਇਆ ਸੀ ਜੋ ਆਪਣੇ ਨਾਲ ਇਹ ਸਿਗਰਟਾਂ ਦਾ ਜ਼ਖੀਰਾ ਲੈ ਕੇ ਆਇਆ। ਕਸਟਮ ਵਿਭਾਗ ਨੂੰ ਸ਼ੱਕ ਹੋਇਆ ਜਦੋਂ ਉਹਨਾਂ ਨੇ ਤਲਾਸ਼ੀ ਲਈ ਤਾਂ ਇਹ ਸਿਗਰਟਾਂ ਨੇ ਜਿਹੜੀਆਂ ਬਰਾਮਦ ਹੋਈਆਂ ਨੇ। ਏਅਰਪੋਰਟ ਤੇ ਇਹ ਸਿਗਰਟਾਂ ਦਾ ਜ਼ਖੀਰਾ ਜਿਹੜਾ ਕਸਟਮ ਵਿਭਾਗ ਦੇ ਵੱਲੋਂ ਫੜਿਆ ਗਿਆ। ਤਸਵੀਰਾਂ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਦੀਆਂ ਨੇ। ਦੁਬਈ ਤੋਂ ਇਹ ਯਾਤਰੀ ਆ ਰਿਹਾ ਸੀ ਜਿਸ ਤੇ ਸ਼ੱਕ ਹੋਇਆ ਤਾਂ ਵਿਭਾਗ ਦੇ ਵੱਲੋਂ ਤਲਾਸ਼ੀ ਲਈ ਗਈ। ਤਲਾਸ਼ੀ ਉਪਰੰਤ 24,800 ਸਿਗਰਟਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਦੀ ਕੀਮਤ 4,21,600 ਰੁਪਏ ਹੈ। ਲਿਹਾਜ਼ਾ ਹੁਣ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਜ਼ਖੀਰਾ ਕਿੱਥੋਂ ਲੈ ਕੇ ਆਇਆ ਸੀ ਤੇ ਸਿਗਰਟਾਂ ਇਸ ਨੇ ਕਿੱਥੇ ਸਪਲਾਈ ਕਰਨੀਆਂ ਸੀ। ਤਾਂ ਬੜੇ ਹੀ ਗੁਪਤ ਢੰਗ ਦੇ ਨਾਲ ਇਹ ਸਿਗਰਟਾਂ ਲੈ ਕੇ ਆ ਰਿਹਾ ਸੀ, ਦੁਬਈ ਤੋਂ ਫਲੈਟ ਉਤਰਿਆ ਸੀ ਤਾਂ ਏਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇਸ ਨੂੰ ਦਬੋਚ ਲਿਆ। ਏਅਰਪੋਰਟ ਤੇ ਸਿਗਰਟਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਕਸਟਮ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਮੌਕੇ ਤੋਂ ਫੜੀਆਂ ਗਈਆਂ ਸਿਗਰਟਾਂ 24,800 ਇਹਨਾਂ ਦੀ ਗਿਣਤੀ ਹੈ ਔਰ ਕੁੱਲ ਕੀਮਤ ਇਹਨਾਂ ਦੀ 4,21,600 ਰੁਪਏ ਹੈ ਔਰ ਦੁਬਈ ਤੋਂ ਯਾਤਰੀ ਆਇਆ ਸੀ ਜੋ ਆਪਣੇ ਨਾਲ ਇਹ ਸਿਗਰਟਾਂ ਦਾ ਜ਼ਖੀਰਾ ਲੈ ਕੇ ਆਇਆ। ਕਸਟਮ ਵਿਭਾਗ ਨੂੰ ਸ਼ੱਕ ਹੋਇਆ ਜਦੋਂ ਉਹਨਾਂ ਨੇ ਤਲਾਸ਼ੀ ਲਈ ਤਾਂ ਇਹ ਸਿਗਰਟਾਂ ਨੇ ਜਿਹੜੀਆਂ ਬਰਾਮਦ ਹੋਈਆਂ ਨੇ। ਏਅਰਪੋਰਟ ਤੇ ਇਹ ਸਿਗਰਟਾਂ ਦਾ ਜ਼ਖੀਰਾ ਜਿਹੜਾ ਕਸਟਮ ਵਿਭਾਗ ਦੇ ਵੱਲੋਂ ਫੜਿਆ ਗਿਆ। ਤਸਵੀਰਾਂ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਦੀਆਂ ਨੇ। ਦੁਬਈ ਤੋਂ ਇਹ ਯਾਤਰੀ ਆ ਰਿਹਾ ਸੀ ਜਿਸ ਤੇ ਸ਼ੱਕ ਹੋਇਆ ਤਾਂ ਵਿਭਾਗ ਦੇ ਵੱਲੋਂ ਤਲਾਸ਼ੀ ਲਈ ਗਈ। ਤਲਾਸ਼ੀ ਉਪਰੰਤ 24,800 ਸਿਗਰਟਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਦੀ ਕੀਮਤ 4,21,600 ਰੁਪਏ ਹੈ। ਲਿਹਾਜ਼ਾ ਹੁਣ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਜ਼ਖੀਰਾ ਕਿੱਥੋਂ ਲੈ ਕੇ ਆਇਆ ਸੀ ਤੇ ਸਿਗਰਟਾਂ ਇਸ ਨੇ ਕਿੱਥੇ ਸਪਲਾਈ ਕਰਨੀਆਂ ਸੀ। ਤਾਂ ਬੜੇ ਹੀ ਗੁਪਤ ਢੰਗ ਦੇ ਨਾਲ ਇਹ ਸਿਗਰਟਾਂ ਲੈ ਕੇ ਆ ਰਿਹਾ ਸੀ, ਦੁਬਈ ਤੋਂ ਫਲੈਟ ਉਤਰਿਆ ਸੀ ਤਾਂ ਏਅਰਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇਸ ਨੂੰ ਦਬੋਚ ਲਿਆ।